1984 ਦੇ ਵਿੱਚ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਉਹ ਅੱਜ ਤੱਕ ਸਿੱਖ ਕੌਮ ਨਹੀਂ ਭੁੱਲ ਸਕੀ ਤੇ ਜਿਸ ਤੋਂ ਬਾਅਦ ਹੁਣ ਫਿਰ ਤੋਂ ਜਿਹੜੀ ਕਿ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਉਸ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਪਲਟਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਹਰਪਾਲ ਸਿੰਘ ਬਲੇਰ ਜਿਹੜੇ ਕਿ ਆਪ ਉਹਨਾਂ ਦੇ ਨਾਲ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤੇ ਹੁਣ ਅਕਾਲੀ ਦਲ ਬਾਦਲਾਂ ਦੇ ਵੱਲੋਂ ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਨਵੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਿੱਖ ਕੌਮ ਦੇ ਨਾਲ ਅਕਾਲੀ ਦਲ ਹੁੰਦੀ ਤਾਂ ਅੱਜ ਉਹ ਆਪਣਾ ਕੈਂਡੀਡੇਟ ਵਾਪਸ ਲੈ ਲੈਂਦੇ ਤੇ ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਤੇ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਕਿ ਸਾਧੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਕਿਹਾ ਕਿ ਜੇਕਰ ਵਲਟੋਹਾ ਬੇਸ਼ੱਕ ਖਡੂਰ ਸਾਹਿਬ ਤੋਂ ਖੜ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਪੂਰੀ ਕੌਮ ਹੈ ਜਿਹੜੀ ਕਿ ਖੜੀ ਹੈ ਤੇ ਜਿਸ ਦੇ ਦੌਰਾਨ ਇਹ ਕਹਿ ਕੇ ਜਿਹੜੇ ਕਿ ਬਾਦਲ ਪਰਿਵਾਰ ਦੇ ਉੱਤੇ ਪਲਟਵਾਰ ਹੈ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਦੇ ਵੱਲੋਂ ਸਾਧੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਹੋਰ ਉਹਨਾਂ ਦਾ ਕੀ ਕਹਿਣਾ ਹੈ। ਆ ਵਲਟੋਹਾ ਖੜਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼, ਜੇ ਹੁਣ ਵੀ ਸਾਨੂੰ ਇਹ ਨਾ ਲੱਗੇ ਪਤਾ ਫਿਰ ਤਾਂ ਦੇਖੋ ਆਉਣ ਵਾਲਾ ਸਮਾਂ ਕਹੂਗਾ ਕਿ ਸਾਡੇ ਬਾਬੇ ਮੂਰਖ ਸੀ ਕਿ ਇੱਕ ਧਿਰ ਅਸੀਂ ਆਪਣਾ ਹਰਪਾਲ ਸਿੰਘ ਬਲੇਰ ਖੜਾ ਕੇ ਵਾਪਸ ਲੈ ਲਿਆ ਕਿ ਨਹੀਂ, ਹੁਣ ਭਾਈ ਅੰਮ੍ਰਿਤਪਾਲ ਸਿੰਘ ਖੜ ਗਏ। ਇਸੇ ਖੰਡੂਰ ਸਾਹਿਬ ਨੇ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ 1999 'ਚ ਜਿਤਾਇਆ ਸੀ, ਉਹੀ ਖੰਡੂਰ ਸਾਹਿਬ ਅੱਜ ਦੱਸੂਗਾ ਕਿ ਅੰਮ੍ਰਿਤਪਾਲ ਸਿੰਘ ਨਾਲ ਜੇ ਤੁਸੀਂ ਧੱਕਾ ਕਰੋਗੇ ਕੌਮ ਉਹਦੇ ਨਾਲ ਖੜੀ ਹੈ। ਪਰ ਉਹਦੇ ਵਿੱਚ ਖਰਾਬੀ ਕੌਣ ਕਰ ਰਹੇ ਨੇ? ਉਹੀ ਬਾਦਲ ਦਲ ਜਿਹਦੀ ਮੈਂ ਤੁਹਾਨੂੰ 78 ਦੀ ਗੱਲ ਸੁਣਾਈ ਹੈ, ਜਿਹਦੀ ਮੈਂ 2015 ਦੀ ਗੱਲ ਸੁਣਾਈ ਹੈ। ਇਹ ਸਾਰੀਆਂ ਗੱਲਾਂ ਹੋਰ ਬਹੁਤ ਨੇ, ਸਮਾਂ ਵੀ ਲੱਗਦਾ ਹੈ, ਪਰ ਆਪਾਂ ਚਾਹੁੰਦੇ ਹਾਂ ਜਿੰਨੇ ਕੁ ਵੱਧ ਤੋਂ ਵੱਧ ਲੋਕਾਂ ਨੂੰ ਇਸ ਥੋੜ੍ਹੇ ਸਮੇਂ ਦੇ ਵਿੱਚ ਥੋੜ੍ਹੇ ਸੋਰਸਿਸ ਦੇ ਰਾਹੀਂ ਮਿਲ ਸਕੀਏ। ਤੁਹਾਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਗੱਲ ਅੱਗੇ ਪਹੁੰਚਾਉਣ ਦਾ ਬੀੜਾ ਤੁਸੀਂ ਵੀ ਚੁੱਕੋ, ਬੇਸ਼ੱਕ ਫੋਨ ਕਰੋ, ਬੇਸ਼ੱਕ ਮਿਲ ਕੇ ਬੈਠ ਕੇ ਜਿੱਥੇ ਤੱਕ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਉੱਥੇ ਜਾਓ ਅਤੇ ਦੱਸੋ ਕਿ ਅਸਲੀਅਤ ਕੀ ਹੈ, ਕਾਗਜ਼ ਇਹਨਾਂ ਨੂੰ ਦਿਓ ਜੀ ਜਿਹੜੇ ਆਪਾਂ ਨੇ ਲਿਖੇ ਨੇ ਉਹ ਪੜ੍ਹ ਕੇ, ਅਤੇ ਤੁਸੀਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ, ਇਹ ਮੇਰਾ ਵਿਸ਼ਵਾਸ ਹੈ। ਆ ਵਲਟੋਹਾ ਖੜਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼, ਜੇ ਹੁਣ ਵੀ ਸਾਨੂੰ ਇਹ ਨਾ ਲੱਗੇ ਪਤਾ ਫਿਰ ਤਾਂ ਦੇਖੋ ਆਉਣ ਵਾਲਾ ਸਮਾਂ ਕਹੂਗਾ ਕਿ ਸਾਡੇ ਬਾਬੇ ਮੂਰਖ ਸੀ ਕਿ ਇੱਕ ਧਿਰ ਅਸੀਂ ਆਪਣਾ ਹਰਪਾਲ ਸਿੰਘ ਬਲੇਰ ਖੜਾ ਕੇ ਵਾਪਸ ਲੈ ਲਿਆ ਕਿ ਨਹੀਂ, ਹੁਣ ਭਾਈ ਅੰਮ੍ਰਿਤਪਾਲ ਸਿੰਘ ਖੜ ਗਏ। ਇਸੇ ਖੰਡੂਰ ਸਾਹਿਬ ਨੇ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ 1999 'ਚ ਜਿਤਾਇਆ ਸੀ, ਉਹੀ ਖੰਡੂਰ ਸਾਹਿਬ ਅੱਜ ਦੱਸੂਗਾ ਕਿ ਅੰਮ੍ਰਿਤਪਾਲ ਸਿੰਘ ਨਾਲ ਜੇ ਤੁਸੀਂ ਧੱਕਾ ਕਰੋਗੇ ਕੌਮ ਉਹਦੇ ਨਾਲ ਖੜੀ ਹੈ। ਪਰ ਉਹਦੇ ਵਿੱਚ ਖਰਾਬੀ ਕੌਣ ਕਰ ਰਹੇ ਨੇ? ਉਹੀ ਬਾਦਲ ਦਲ ਜਿਹਦੀ ਮੈਂ ਤੁਹਾਨੂੰ 78 ਦੀ ਗੱਲ ਸੁਣਾਈ ਹੈ, ਜਿਹਦੀ ਮੈਂ 2015 ਦੀ ਗੱਲ ਸੁਣਾਈ ਹੈ। ਇਹ ਸਾਰੀਆਂ ਗੱਲਾਂ ਹੋਰ ਬਹੁਤ ਨੇ, ਸਮਾਂ ਵੀ ਲੱਗਦਾ ਹੈ, ਪਰ ਆਪਾਂ ਚਾਹੁੰਦੇ ਹਾਂ ਜਿੰਨੇ ਕੁ ਵੱਧ ਤੋਂ ਵੱਧ ਲੋਕਾਂ ਨੂੰ ਇਸ ਥੋੜ੍ਹੇ ਸਮੇਂ ਦੇ ਵਿੱਚ ਥੋੜ੍ਹੇ ਸੋਰਸਿਸ ਦੇ ਰਾਹੀਂ ਮਿਲ ਸਕੀਏ। ਤੁਹਾਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਗੱਲ ਅੱਗੇ ਪਹੁੰਚਾਉਣ ਦਾ ਬੀੜਾ ਤੁਸੀਂ ਵੀ ਚੁੱਕੋ, ਬੇਸ਼ੱਕ ਫੋਨ ਕਰੋ, ਬੇਸ਼ੱਕ ਮਿਲ ਕੇ ਬੈਠ ਕੇ ਜਿੱਥੇ ਤੱਕ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਉੱਥੇ ਜਾਓ ਅਤੇ ਦੱਸੋ ਕਿ ਅਸਲੀਅਤ ਕੀ ਹੈ, ਕਾਗਜ਼ ਇਹਨਾਂ ਨੂੰ ਦਿਓ ਜੀ ਜਿਹੜੇ ਆਪਾਂ ਨੇ ਲਿਖੇ ਨੇ ਉਹ ਪੜ੍ਹ ਕੇ, ਅਤੇ ਤੁਸੀਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ, ਇਹ ਮੇਰਾ ਵਿਸ਼ਵਾਸ ਹੈ।